ਕੈਨੇਡਾ ਚ ਘੁੰਮਣ ਦੀ ਗੱਲ ਤੁਰਦੀ ਆ ਤਾਂ ਮੋਸਟ ਆਫ ਕੇਸਸ ਚ ਗੱਲ ਨਿਆਗਰਾ ਫਾਲ, ਬੈਂਫ, ਲੇਕ ਲੂਇਸ ਜਾਂ ਵਿਸਲਰ ਵਗੈਰਾ ਤੇ ਮੁੱਕ ਜਾਂਦੀ ਆ। 온ਟਾਰੀਓ ਦਾ ਇਹ ਨਾਰthern ਪਾਰਟ ਵਾਕਏ ਬਹੁਤ ਸੋਹਣਾ। ਕੋਈ ਵੀ ਜੋ ਕੈਂਪਿੰਗ, ਹਾਈਕਸ ਜਾਂ ਲੇਕਸ ਵਗੈਰਾ ਦਾ ਫੈਨ ਆ ਉਹਦੇ ਲਈ ਮਸਟ ਵਿਜ਼ਿਟ ਏਰੀਆ ਏ। ਇਹ ਹਾਈਕ ਆਪਾਂ ਨੂੰ ਕੋਕਰਨ ਹੀ ਇੱਕ ਵੀਰ ਨੇ ਰეკਮੈਂਡ ਕੀਤੀ ਸੀ। ਅੱਜ ਤੱਕ ਦੀ ਮੇਰੀ ਕੀਤੀ ਸਭ ਤੋਂ ਛੋਟੀ ਹਾਈਕ ਪਰ ਟੌਪ ਨੌਚ 뷰 ਸੀ। ਲੇਕ ਸੀ ਟੈਂਪਸ ਕੇਮਿੰਗ ਤੇ ਜੋ ਲੇਕ ਦੀ ਦੂਜੀ ਸਾਈਡ ਏਰੀਆ ਪੈਂਦਾ ਉਹ ਆ ਕਿਊਬਿਕ ਪ੍ਰੋਵਿੰਸ ਦਾ ਸਾਇੰਸ ਸੀ ਕਿ ਹਾਈਕ ਮੇਨਟੇਨ ਨਹੀਂ ਸੋ ਆਪਣੇ ਰਿਸਕ ਤੇ ਕਰੋ ਤੇ ਰਾਤੀ ਭਾਲੂਆਂ ਦੀਆਂ ਆਉਂਦੀਆਂ ਆਵਾਜ਼ਾਂ ਨੇ ਸਵੇਰੇ ਦੁਬਾਰਾ ਸੋਚਣ ਲਈ ਮਜਬੂਰ ਕਰਤਾ ਪਰ ਛੋਟੀ ਹਾਈਕ ਹੋਣ ਕਰਕੇ ਮਨ ਬਣਾ ਲਿਆ ਕਿ ਚੱਲਦੇ ਆ ਮੈਂ ਵੀ ਅੱਜਕੱਲ ਅਨਫਿਟ ਵਾਲੇ ਦੌਰ ਚ ਗੁਜ਼ਰ ਰਿਹਾ ਸੋ ਮੈਨੂੰ ਹੁੰਦਾ ਕਿ ਲੱਤ ਪੈਰ ਹਲਾ ਹੀ ਲਈਏ ਹਾਂ ਉਹ ਵੀ ਗੱਲ ਆ ਕਿ ਐਸੀ ਜਗ੍ਹਾ ਤੇ ਲੱਤ ਪੈਰ ਗਵਾ ਵੀ ਨਾ ਲਈਏ ਗੁੱਡ ਮਾਰਨਿੰਗ ਜੀ। ਉਹ ਛੱਤ ਦੇ ਉੱਪਰ ਸਟਾਰਲਿੰਕ ਲੱਗਾ ਵਾ ਪਰ ਅਪਲੋਡ ਸਪੀਡ ਨਹੀਂ ਇਹਦੀ ਚੰਗੀ। ਸਟਾਰਲਿੰਕ ਦੀ ਵੀ ਰਾਤੀ ਜਿਹੜੀ ਵੀਡੀਓ ਆਣੀ ਆ ਸੈਕੰਡਰੀ ਟੂਰ ਦੀ ਉਹਦਾ 4 ਕੇ 5 ਡਰੋਨ ਸ਼ਾਟ ਅਪਲੋਡ ਕਰਦਿਆਂ ਲੱਗਿਆ ਮੈਨੂੰ ਲੱਗਦਾ ਕੋਈ 8 ਘੰਟੇ ਮੈਂ ਖੜਦਾ ਰਿਆ ਹੋ ਜਾਆ ਕਰੇ ਬਾਅਦ ਚ ਫੇਰ ਰੁਕ ਜਾਆ ਕਰੇ। ਤੇ ਇੱਥੇ ਉਹਨੇ ਲਿਖਿਆ ਤਾਂ ਹੈਗਾ ਵਾ ਕਿਸੀ ਮੇਨਟੇਨ ਨਹੀਂ ਕੀਤੀ ਟਰੈਕ ਟ੍ਰੇਲ ਪਰ ਮੈਂ ਕਹਿਆ ਯਾਰ ਹੋ ਗਈ ਆਉਨੇ ਆ ਦੇਖੀ ਜਾਈਓ ਅੱਜ ਇੱਕ ਘਾਟਾ ਹੋ ਗਿਆ ਇੱਕ ਦਸਤਾਨਾ ਨਹੀਂ ਲੱਭ ਰਿਹਾ ਸੋ ਇੱਕ ਹੀ ਦਸਤਾਨਾ ਪਾ ਗਏ ਆ ਤੇ ਇਹ ਹੈਗੀ ਆ ਜੀ ਡੈਵਲ ਰੌਕਨਾ ਦੀ ਟ੍ਰੇਲ ਬੜੀ ਲੰਬੀ ਤੇ ਨਹੀਂ ਹੈ ਤੇ ਬੜੀ ਉਚਾਈ ਵੀ ਨਹੀਂ ਇਸੇ ਕਰਕੇ ਮੈਂ ਕਹਿਆ ਚੱਲੀ ਚੱਲਦੇ ਆ ਸੋ ਦੇਖਦੇ ਆ ਪਰ ਹੈ ਪੈਰਪੂਰ ਸਭ ਨੇ ਹਿਰਨਾ ਦੇ ਹੀ ਲੱਗੇ ਆ ਛੋਟੇ ਛੋਟੇ ਜੇ ਅੰਦਰ ਖੋਣਾ ਪਰ ਆਤੀ ਸੱਚ ਨਾਲ ਇੱਕ ਹੋਰ ਚੀਜ਼ ਹੋਈ ਮੈਂ 베어 ਸਪਰੇ ਨਾਲ ਲੈ ਕੇ ਆਇਆ ਵੈਸੇ ਪਰ ਆਤੀ ਇਹ ਚੀਜ਼ ਹੋਈ ਕਿ ਅਸੀਂ ਰਾਤ ਜਿੱਥੇ ਰੁਕੇ ਸੀ ਨਾ ਤੇ ਅਸੀਂ ਜਦਨੇ ਕੇ ਸੀ ਸੁਰੂ ਬਾਹਰ ਮੈਂ ਨਿਕਲਿਆ ਇੱਕ ਆਵਾਜ਼ ਹੀ ਆਵੇ ਗੁਰ ਗੁਰ ਇਦਾਂ ਦੀ ਹੈ ਨਾ ਮੈਂ ਯਾਰ ਬੜੀ ਕੰਸਿਸਟੈਂਟ ਜੀ ਸੀ ਤੇ ਮੈਂ ਫਿਰ ਅੰਦਰ ਵੜ ਕੇ ਫਿਰ YouTube ਦੇ ਉੱਤੇ ਭਰਾਵੋ 베어 ਦੀ ਸਾਊਂਡ ਸਰਚ ਕੀਤੀ ਉਹ ਐਗਜ਼ੈਕਟਲੀ ਸੇਮ ਫਿਰ ਮੈਂ ਹਿੰਦੀ ਨੂੰ ਮੜਾ ਜਾ ਸਮਝਾਇਆ ਮੈਂ ਕਹਿੰਦੀ ਵੀ ਰਾਤ ਨੂੰ ਮੜਾ ਜਾ ਧਿਆਨ ਦੇ ਨਾਲ ਹੀ ਨਿਕਲੀ ਪੰਜਾਬ ਸ਼ੋਅ ਕਰਨ ਸੋ ਇਦਾਂ ਪਰ ਜਿਹੜਾ ਮੈਂ ਗੂਗਲ ਫਿਰ ਮੈਂ ਗੂਗਲ ਸਰਚ ਵੀ ਕੀਤੀ ਕਿਉਂਕਿ ਮੈਂ ਜਾਨਣਾ ਵੀ ਸੀ ਓਏ ਹੋਏ ਹੋਏ ਹੱਥ ਡਰ ਗਿਆ ਵੀ ਰੁਕਿਓ ਬਾਸ਼ੰਦੇਓ ਰੁਕਿਓ ਓਹ ਤੇ ਇਨੂੰ ਮੈਂ ਕਿਹਾ ਮੈਂ ਕਿਹਾ ਮੜਾ ਧਿਆਨ ਨਾ ਜਾਈ ਬਾਹਰ ਸੋ ਪਰ ਉਹ ਸੱਚ ਮੈਂ ਗੂਗਲ ਸਰਚ ਕੀਤੀ ਆ ਕੇ ਤੇ ਉਹ ਤਾਂ ਦੱਸੇ ਵੀ ਉਹਦੇ ਏਰੀਆ ਦੇ ਵਿੱਚ ਲੋਕਲਸ ਨੇ ਨਹੀਂ ਰਿਪੋਰਟ ਕੀਤੇ ਕਿ ਇੱਥੇ ਬੇਅਰ ਹੈਗੇ ਆ ਪਰ ਕਹਿੰਦੇ ਧਿਆਨ ਦੇ ਨਾਲ ਫਿਰ ਵੀ ਸੋ ਨੋ ਆਈਡੀਆ ਸਾਊਂਡ ਪਤਾ ਨਹੀਂ ਕਿਦਾਂ ਦੀ ਸੀ ਉਹ ਹੈ ਐਗਜ਼ੈਕਟਲੀ ਵੀ ਮੈਂ ਇਕਦਮ ਹੈ ਪੂਰਾ ਸ਼ੌਕ ਹੋ ਗਿਆ ਸੀ ਉਹ ਵਾਰੀ ਤੇ ਨਹੀਂ ਸੀ ਕਿ ਉਹ ਵਾਕਈ ਐਗਜ਼ੈਕਟਲੀ ਸੇਮ ਸੀ ਤੇ ਮੈਂ ਆਇਆ ਇੱਥੇ ਵਿਊ ਕਰਕੇ ਇਹਦੇ ਪਰਲੀ ਸਾਈਡ ਵਿਊ ਬਹੁਤ ਸੋਹਣਾ ਇੱਕ ਕਲਿਫ ਜਿਹਾ ਆ ਵੱਖ-ਵੱਖ ਤਰ੍ਹਾਂ ਦੇ ਆ ਪੈਰਾ ਦੇ ਨਿਸ਼ਾਨ ਇੱਕ ਤਾਂ ਆ ਹੋ ਗਏ ਹਨਾ ਆ ਵੇਖੋ ਦੋ ਇਦਾਂ ਦੇ ਇੱਕ ਹੀ ਛੋਟੇ-ਛੋਟੇ ਜਿਹੇ ਪੰਜੇ ਜਿਹੇ ਕਈ ਥਾਈ ਦਿਖਾਉਣਾ ਤੁਹਾਨੂੰ ਹਾਂ ਵੀ ਥੋੜਾ ਜਿਵੇਂ ਆ ਤੇ ਆਫ ਕੋਰਸ ਆ ਤਾਂ ਚੱਲਾ ਬੰਦੇ ਦਾ ਪਰ ਉਹ ਨਿੱਕੇ-ਨਿੱਕੇ ਜਿਹੜੇ ਹੋਰ ਹਨਾ ਇਹ ਇਹਨੂੰ ਜਾਣਾਂ ਵੀ ਨਹੀਂ ਬੰਦੇ ਨੇ ਮੈਨੂੰ ਲੱਗਦਾ ਗੈਰ-ਲੋਕੀ ਕਾਟੀ ਐ ਐਂ ਨਹੀਂ ਹੋਣਾ ਉਹ ਜਿਹੜੇ ਨੰਗੇ ਹੁੰਦੇ ਨਾ ਇਹਨਾਂ ਉੱਪਰੋ ਬਰਫ਼ ਝੜ ਜਾਣੀ ਸੀ ਸਿਰਸੁਰ ਵੱਜ ਗਏ ਹਾਈ 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 ਇਸ ਵਾਰੀ ਮੈਂ ਬੂਟਾਂ ਦਾ ਹੱਲ ਪਾ ਕੇ ਆਇਆ ਹਾਈਸਕਲਿਡ ਜਿਹੜੇ ਤੁਸੀਂ ਦੇਖ ਸਕਦੇ ਹੋ ਸੋ ਇਹ ਕਦੇ ਇਹ ਕੰਮ ਕਰ ਲਿਆ ਜਿਹੜੀਆਂ ਪਿਛਲੇ ਰ ਮੈਨੂੰ ਪ੍ਰੋਬਲਮ ਆਈਆਂ ਸੀ ਤੇ ਉਹਦੇ ਵਿੱਚ ਦੂਸਰੀ ਸੀ ਕਿ ਮੇਰੀ ਭਾਰ ਬਹੁਤ ਸੀ ਪਿੱਠ ਦੇ ਉੱਤੇ ਉਹ ਮੈਂ ਸੋਲਵ ਕਰ ਲਿਆ ਉਹਦੇ ਕਰਕੇ ਕਿਵੇਂ ਬਸ ਦੋ ਇੱਕ ਪੀਣ ਦੀਆਂ ਇੱਕ ਨਾਰਮਲ ਪਾਣੀ ਇੱਕ ਹਾਈਡਰੇਸ਼ਨ ਡਰਿੰਕ ਤੇ ਉਸ ਤੋਂ ਇਲਾਵਾ ਇੱਕ ਸੇਬ ਲੈ ਕੇ ਆ ਬਸ ਤੇ ਨਾਲ ਬੀਰ ਸਪਰੇਅ ਹੈ ਦਸਤਾਨਾ ਨਹੀਂ ਲੱਭਾ ਯਾਰ ਦਸਤਾਨਾ ਕੰਮ ਖਰਾਬ ਕਰ ਰਿਹਾ ਹੱਥ ਠਰ ਰਿਹਾ ਕਿਉਂਕਿ ਅੱਜ ਵੈਦਰ ਜਿੱਦਣ ਦੇ ਅਸੀਂ ਹੁਣ ਟੂਰ ਤੇ ਤੁਰੇ ਹਨਾ ਸਭ ਤੋਂ ਠੰਡਾ ਅੱਜ ਆ ਅੱਜ ਹੈਗਾ ਵਾ ਆਹ ਸੋਰੀ ਅੱਜ ਵੈਸੇ ਤਾਂ ਹੈਗਾ ਵਾ -14 ਬਟ ਫੀਲਸ ਲਾਈਕ -22 ਸੋ ਹੱਥਾਂ ਨੂੰ ਨੰਗੇ ਹੱਥਾਂ ਨੂੰ ਲੱਗਦੀ ਏ ਠੰਡ ਮੈਂ ਜਿੱਦਾਂ ਕਾਫੀ ਵੀਡੀਓਜ਼ ਵੇਖ ਕੇ ਸਿੱਖਿਆ ਵਾਂ ਇਹੋ ਜੀ ਚੀਜ਼ ਬਾਰੇ ਇਹੋ ਜੇ ਸਫਰਾਂ ਦੇ ਜਾਨ ਬਾਰੇ ਤੇ ਪਰ ਮੈਂ ਵੀ ਉਹੀ ਕਹਾਂਗਾ ਥੋੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਾਂ ਇੱਕ ਨਾ ਮੈਨੂੰ ਥੋੜਾ ਜਿਹਾ ਮੈਂ ਆਨਲਾਈਨ ਜਾਂ ਵੀਡੀਓes 'ਚ ਵੀ ਦੇਖਿਆ ਸੀ ਤੇ ਇੱਕ ਵੀਰ ਨੇ ਮੈਨੂੰ ਕਨਫਰਮ ਹੀ ਕੀਤਾ ਸੀ ਕਿ ਇਹੋ ਜਿਹਾ ਟਾਈਮ ਜਾਂਦਿਆਂ ਨਾ ਇਹ ਨਹੀਂ ਸੋਚਣਾ ਕਿ ਮੈਂ ਕਾਟਨ ਦੀ ਕਿੰਨੀਆਂ ਲੇਹਰਾਂ ਪਾ ਜਾਾਂ ਟੀ-ਸ਼ਰਟਾਂ ਦੇ ਟੀ-ਸ਼ਰਟਾਂ ਪਾ ਜਾਾਂ ਹੋਣੀ ਕੰਮ ਸਹੀ ਕਿਉਂਕਿ ਉਹ ਚੀਜ਼ਾਂ ਰੈਡੀ ਹੀਟ ਆ ਤੁਹਾਡੀ ਸਰੀਰ ਦੀ ਬਣਦੀ ਜਦੋਂ ਅਸੀਂ ਤੁਸੀਂ ਠੰਡੇ ਸਫਰਾਂ ਦੇ ਜਾਂਦੇ ਆ ਤੇ ਉਹ ਨੂੰ ਹੀਟ ਨੂੰ ਟਰੈਪ ਨਹੀਂ ਕਰਦਾ ਅੰਦਰ ਕਾਟਨ ਤੇ ਜਿਹੜੇ ਸਪੈਸ਼ਲ ਕਲੋਸ ਹੁੰਦੇ ਪੋਲਿਸਟਰ ਹੋ ਗਿਆ ਇਹ ਸਪੈਸ਼ਲ ਵਾਰਮਰ ਹੁੰਦੇ ਆ ਉਹ ਤੁਹਾਡੀ ਬਾਡੀ ਹੀਟ ਨੂੰ ਅੰਦਰ ਪਰਦਰਵ ਕਰਦੇ ਆ ਤੁਹਾਨੂੰ ਗਰਮੀ ਦੇਣ ਵਾਸਤੇ ਕਾਟਨ ਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਪਸੀਨਾ ਆ ਜਾਂਦਾ ਉਹ ਕਾਟਨ ਗਿੱਲਾ ਹੋ ਜਾਂਦਾ ਅੰਦਰ ਤੇ ਉਸ ਤੋਂ ਬਾਅਦ ਹੌਲੀ-ਹੌਲੀ ਠਰਨਾ ਸਟਾਰਟ ਹੋ ਜਾਂਦਾ ਸੋ ਜਦੋਂ ਵੀ ਇਹੋ ਜਿਹਾ ਸਫ਼ਰ ਤੇ ਨਿਕਲਣਾ ਇਹੋ ਜੇ ਕਾਟਨ ਦੀ ਬਜਾਏ ਸਪੈਸ਼ਲ ਵਾਰਮਰ ਪੋਲੀਸਟਰ ਇਹੀਆਂ ਚੀਜ਼ਾਂ ਥੱਲੇ ਪਾ ਕੇ ਤੇ ਅੱਜ ਮੈਂ ਬਹੁਤ ਸਹੀ ਜਾ ਰਿਹਾ ਹਨਾ ਚੜਾਈ ਵੀ ਆਉਂਦੀ ਕਿਤੇ ਕਿਤੇ ਪਰ ਜਿਹੜੇ ਮੈਂ ਕੰਡੇ ਜੇ ਥੱਲੇ ਪੈਰਾਂ ਦੇ ਪਾਏ ਨੇ ਹਿੱਲਦੇ ਹੀ ਨਹੀਂ ਜਿੱਥੇ ਕਿਹੜੀ ਗੱਡ ਤੇ ਗੱਡ ਤੇ ਆਹ ਤੇ ਬਾਕੀ ਕੈਂਪ ਜਿਹੜੇ ਟਰੈਵਲ ਦੀਆਂ ਵੀਡੀਓ YouTube ਨਹੀਂ ਵੈਸੇ ਵੀ ਆਪਣੇ ਪਰਸਨਲੀ ਵੀ ਰਿਕਾਰਡ ਕਰਨਾ ਚਾਹੁੰਦੇ ਜਿਹੜੇ ਬੈਸਟ ਚੀਜ਼ ਹੈਗੀ ਆ ਆਈਫੋਨ ਬਸ ਕੋਈ ਮਹਿੰਗੇ ਕੈਮਰੇ ਲੈਣ ਦੀ ਲੋੜ ਨਹੀਂ ਹੈਗੀ ਮਹਿੰਗੇ ਕੈਮਰੇ ਉਦੋਂ ਹੀ ਲਾਓ ਜਦੋਂ ਤੁਹਾਡੀ ਕਿਸੇ ਬਹੁਤ ਵੱਡੇ ਚੈਨਲ ਨਾਲ ਗੱਲਬਾਤ ਹੋ ਗਈ ਆ ਉਹਨਾਂ ਨੇ ਜੀ ਤੁਹਾਡੀਆਂ ਮੂਵੀਆਂ ਤੁਹਾਡੇ ਟਰੈਵਲ ਵਲੌਗਸ ਸਟ੍ਰੀਮ ਕਰਨੇ ਆ ਜਾਂ ਤੁਹਾਡੀ ਵੀਡੀਓ ਦੇ ਵਿੱਚ ਐਡ ਰੇਂਜ ਰੋਵਰ ਵਾਲਿਆਂ ਨੇ ਕਰਨੀ ਆ ਸੋ ਉਦੋਂ ਤੁਸੀਂ ਪ੍ਰੋਫੈਸ਼ਨਲ ਵੱਡੇ ਕੈਮਰੇ ਇਸਤੇਮਾਲ ਕਰ ਸਕਦੇ ਪਰ ਮੈਂ ਇਹ ਤੋੜ ਕੱਢ ਕੇ ਵੇਖਿਆ GoPro ਯੂਜ਼ ਕਰਕੇ ਵੇਖਿਆ ਐਵਰੀ ਇਕੁਪਮੈਂਟ ਯੂਜ਼ ਕਰਕੇ ਦੇਖਿਆ ਆਈਫੋਨ ਦੇ ਦੇ ਆਈਫੋਨ ਦਾ ਮੁਕਾਬਲਾ ਨਹੀਂ ਹੈਗਾ ਉਹਦੇ Samsung ਵਗੈਰਾ ਦੇ ਵੀ ਕੈਮਰੇ ਗੁੱਡ ਆ ਸੋ ਹੋ ਸਕਦਾ ਉਹ ਵੀ ਵਲੋਗਿੰਗ ਵਾਸਤੇ ਹੋਣ ਵਧੀਆ ਮੈਂ ਫੋਨਾਂ ਦੀ ਗੱਲ ਕਰਨਾ ਕਿ ਫੋਨ ਬਹੁਤ ਵਧੀਆ ਇੱਕ ਜ਼ਰੀਆ ਪਾਪਾ almosta ਪਹੁੰਚ ਹੀ ਗਿਆ ਅੱਜ ਮੈਂ ਖੇਖਣੇ ਜਿੱਦ ਕੀਤੇ ਪਰ ਇੰਨੇ ਜਿਆਦਾ ਨਹੀਂ ਰਿਕਾਰਡ ਵੀ ਘਟ ਗਈ ਤਾਂ ਕਿ ਮੇਰੀ ਫੋਨ ਦੀ ਬੈਟਰੀ ਜਦੋਂ ਮੈਂ ਤੁਰਿਆ 60% ਹੀ ਸੀ ਹੁਣ ਤੁਰੇ ਹੈਗਾ ਹੀ ਓ ਮਾਈ ਗਾਡ ਵਾਟ ਐ ਵਿਊ ਸੋ ਗੁੱਡ ਯਾਰ ਦੱਸ ਨਹੀਂ ਸਕਦਾ ਮੈਂ ਬਿਆਨ ਨਹੀਂ ਕਰ ਸਕਦਾ ਮੈਂ ਵਾਓ ਵਾਓ ਹਿੰਦੀ ਬੜੀ ਵੱਡੀ ਗਲਤੀ ਕੀਤੀ ਤੋ ਨਾ ਆ ਕੇ ਪਰ ਉਹ ਵਿਚਾਰਾ ਤੁਰ ਨਹੀਂ ਸਕਦਾ ਇੰਨਾ ਜ਼ਿਆਦਾ ਸਾਬੋਡ ਯਾਰ ਦਹੋਣਾ ਮੈਂ ਤੁਹਾਨੂੰ ਜੀ ਆਪਸ ਆਇਆ ਹੁਣ ਚੱਕਣ ਤੇ ਗੱਲ ਪਾਇਓ ਇਦਾਂ ਜੇ ਚੇਤਾ ਨਾ ਭੁੱਲਿਓ ਸਬਸਕ੍ਰਾਈਬ ਕਰਾ ਕਰਨ ਦਾ ਵਿਊ ਜਿਹੜਾ ਤੁਸੀਂ ਅੱਗੇ ਜਾ ਕੇ ਦੇਖਣਾ ਵਾ ਪਹਿਲਾਂ ਤੁਸੀਂ ਵਿਊ ਵੇਖ ਲਿਓ ਸੋ ਜੇ ਵਿਊ ਤੁਹਾਨੂੰ ਵਧੀਆ ਲੱਗੇ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਬੈਲ ਵਾਲਾ ਆਈਕਨ ਜਬਨ ਆਪ ਲਿਆ ਕਰੋ ਸੋ YouTube ਤੇ ਦੇ ਦੋ ਵੇਂਦਾ ਵਾ ਕਿ ਵੀਡੀਓ ਪਈ ਆ ਇਸ ਤੇ ਇਨੇ ਲਾਈਕ ਆਏ ਆ ਮੇਰੇ ਯਾਰ ਦੋਸਤ ਵੀਡੀਓਜ਼ ਕਰਦੇ ਜੇ ਫਰੈਸ਼ੀ ਹੋਣੇ ਜਾਂ ਹੋਰ ਵੀ ਉਹ ਲਾਈਕਸ ਵਗੈਰਾ ਦਾ ਟਾਰਗੇਟ ਦੇਣਗੇ ਕਿਉਂਕਿ ਉਹਨਾਂ ਨੂੰ ਸਮਝ ਆ ਕਿ ਜਿੰਨੇ ਜਿਆਦਾ ਲਾਈਕ ਹੋਣਗੇ YouTube ਉਨੀ ਹੋੜੀ ਵੀਡੀਓ ਨੂੰ ਰეკਮੈਂਡ ਕਰਦੀ ਆ ਸੋ ਇੱਕ ਲਾਈਕ ਨਾ ਪਦਿਆ ਕਰੋ ਯਾਰ ਮੈਨੂੰ ਇਹ ਹੁੰਦਾ ਕਿ ਮੈਂ ਤਰਲੇ ਵੀਡੀਓ ਚ ਘਟ ਕੱਢਾਂ ਤੇ ਕੰਟੈਂਟ ਮੇਰਾ ਜਿਆਦਾ ਵਧੀਆ ਹੋਵੇ ਦੇ ਕੰਟੈਂਟ ਤੇ ਫੋਕਸ ਥੋੜਾ ਜਿਆਦਾ ਹੋਵੇ ਚੱਕ ਓਏ ਮਸੰਤੀਏ ਵੀਊ ਵੇਖੋ ਨਹੀਂ ਕਮਾਲ ਇਹ ਸਲ ਦੇ ਵਿੱਚ ਦਰਸਲ ਕਲਿਫ ਜੀ ਆ ਬਸ ਪਰ ਲਾਈ ਸਾਈਡ ਝੀਲਾ ਨਹੀਂ ਮੈਨੂੰ ਨਾਮ ਦਾ ਪਤਾ ਪਰ ਕਮਾਲ ਹੈ ਮਸੇਸਟਰ ਗੀਨੀਆ ਪਾ ਜਾਣਾ ਹੋਰ ਆ ਦੇਖੋ ਇੱਕ ਉਹ ਵਾਲੀ ਪਰਲੀ ਸਾਈਡ ਵੀ ਕਲਿਫ ਜੀ ਹੈਗੀ ਆ ਦੇਖਦੇ ਆ ਉੱਥੇ ਜਾ ਸਕਦੇ ਕਿ ਨਹੀਂ ਆਪਾਂ ਇਹ ਤੇ ਉਹ ਨਹੀਂ ਕਿ ਆ ਇਨਫੋਰਮੇਸ਼ਨ ਖੁੱਲ ਜਾ ਸਿਮਸਿਮ ਵਾਲਾ ਹੀ ਕੰਮ ਹੋ ਜਾਣਾ ਯਾਹੂ ਯਾਹੂ ਖੁੱਲ ਜਾ ਸਿਮਸਿਮ ਚਲ ਕੋਈ ਹੋਰ ਆਊਗਾ ਤਾਨੂੰ ਇਹ ਤਾਂ ਲੱਗੂਗਾ ਕੋਈ ਆਇਆ ਇੱਥੇ ਠੀਕ ਹੈ ਜੀ ਇੱਥੋਂ ਐ ਬਾਅਦ ਵਿੱਚ ਆ ਜਾਂਦੀ ਏ ਇੱਕ ਕੈਂਪ ਸਾਈਡ ਤੇ ਆਪਾਂ ਕੈਂਪ ਸਾਈਡ ਤੇ ਨਹੀਂ ਜਾਣਾ ਆਪਾਂ ਬਸ ਇੱਥੋਂ ਹੀ ਦੇਖਣਾ ਇੱਕ ਉਧਰਲੀ ਸਾਈਡ ਕਲੀਫਾ ਮੇਰੇ ਖਿਆਲ ਨਾਲ ਇੱਥੇ ਹੈ ਨਾ ਉੱਥੇ ਟ੍ਰੇਲ ਤਾਂ ਹੈ ਨੀ ਕਿ ਜੇ ਤੇ ਰਸਤਾ ਹੋਇਆ ਪੈਰਾਂ ਦੇ ਨਿਸ਼ਾਨ ਨਿਸ਼ੋਣ ਜਾਂ ਨੱਪੇ ਹੋਇਆ ਫਿਰ ਆਪਾਂ ਉਨੋਂ ਜਾਣਾ ਨਹੀਂ ਤੇ ਨਹੀਂ ਜਾਣਾ ਉਦਾਂ ਨਹੀਂ ਪੰਗਾ ਲੈਣਾ ਹੈਗਾ ਜੀ ਰਸਤਾ ਇੱਧਰ ਵੀ ਆਪ ਸੋਤਰੇ ਚੱਲਦੇ ਆਂ ਆਈ ਥਿੰਕ ਮੇਨ ਪੁਆਇੰਟ ਹੀ ਇਹ ਆ ਹਾਈ ਕਾਲੇ ਦਾ ਕਿ ਆ ਦੇਖੋ ਕ੍ਰੋਸ ਵਗੈਰਾ ਨਾਲ ਇੱਥੇ ਬਣਾਇਆ ਆ ਆ ਇਦਾਂ ਵਾ ਹਨਾ ਡੇਂਜਰਸ ਜਿਹਾ ਕੰਮ ਜੇ ਹੁਣ ਇੱਥੇ ਕਿਉਂਕਿ ਉਹ ਉੱਥੇ ਉਹ ਜਿਹਦੀ ਯਾਦ ਚ ਕਿਸੇ ਦੀ ਕ੍ਰੋਸ ਲਾਇਆ ਨਾ ਉਹਦੀ ਡੈਥ ਹੋਈ ਆ ਉੱਥੇ ਸੋਸ ਕਰਕੇ ਉਹ ਤਾਂ 2010 ਦੇ ਵਿੱਚ ਨੱਥੋ ਹੀ ਉਹਦੀ ਰਵਗਾਂ ਮੜਾ ਜਾ ਜਾਣਾ ਬੜਾ ਨਹੀਂ ਪਰ ਦੇਖ ਜਾ ਕੇ ਵਾਹ ਅੱਗੇ ਆਪਾਂ ਉੱਥੇ ਸੀ ਜਿਹੜਾ ਸਾਰੀ ਆਈਏ ਆਈਏ ਇਹੋੜੇ ਬੈਠਾ ਹੀ ਨੇ ਜਿਹੜੀ ਸਾਰੀ ਚੰਗੀ ਫੀਲਿੰਗ ਸੀ ਨਾ ਸਹਰ ਦੀ ਸਾਰੀ ਇੱਥੇ ਆ ਗਈ ਯਾਰ ਹੋਰ ਤਰ੍ਹਾਂ ਗੀ ਮੈਨੂੰ ਬਹੁਤ ਵੀਰੜ ਜਾ ਲੱਗ ਰਿਹਾ ਇਦਾਂ ਹੀ ਲੱਗ ਰਿਹਾ ਜਿਵੇਂ ਉਹ ਪਰਸਾਂ ਦੀ ਡੈਥ ਹੋਈ ਸ਼ਾਇਦ ਇੱਥੇ ਆਸੇ ਪਾਸੇ ਹੀ ਕੋਲ ਹੀ ਹੈ ਤੇ ਪਤਾ ਨਹੀਂ ਵੀਰ ਇਥੋਂ ਐਕਸੀਡੈਂਟਲੀ ਡਿੱਗਾ ਜਾਂ ਆਤਮ ਹਤਿਆ ਕੀਤੀ ਬਹੁਤ ਬੁਰਾ ਫੀਲ ਹੋ ਰਿਹਾ ਪਰ ਮੈਂ ਬੈਠਾ ਸੀ ਗੱਲਬਾਤ ਕਰਨ ਵਾਸਤੇ ਕਿਸਾਨੀ ਧਰਨੇ ਬਾਰੇ ਜੋ ਚੱਲ ਰਿਹਾ ਸਟਾਰਟ ਹੀ ਹੋਇਆ ਜੇ ਇੱਕ ਦੋ ਦਿਨ ਹੀ ਹੋਏ ਆ ਤੇ ਮਾੜੀ ਗੱਲ ਇਹ ਲੱਗਦੀ ਆ ਕਿ ਲੋਕਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਆ ਗਈ ਵੀ ਜਿਹੜੇ ਉਹਨਾਂ ਨੂੰ ਪ੍ਰੋਟੈਸਟ ਕਰਨ ਵਾਲਿਆਂ ਨੂੰ ਕਹਿੰਦੇ ਆ ਮੈਨੂੰ ਆਈ ਡੋਟ ਨੋ ਮੇਰਾ ਪਿਛਲੇ ਵਾਰੀ ਵੀ ਯਾਰ ਬੜਾ ਸਿਆਪਾ ਪਿਆ ਸੀ ਕਿਸਾਨੀ ਧਰਨੇ ਬਾਰੇ ਪਰ ਫਿਰ ਵੀ ਪਤਾ ਨਹੀਂ ਯਾਰ ਮੈਂ ਗਲਤੀ ਕਰ ਰਿਹਾ ਕਿ ਸਹੀ ਪਰ ਮੇਰਾ ਜਿਹੜੇ ਲੋਕ ਇਹਨਾਂ ਨੂੰ ਬੁਰਾ ਭਲਾ ਕਹਿੰਦੇ ਆ ਖਾਸ ਕਰ ਹਿੰਦੀ ਬੈਲਟ ਤੋਂ ਉਹ ਇਹਨਾਂ ਨੂੰ ਖਾਲਿਸਤਾਨੀ ਆਂਦੇ ਅੱਤਵਾਦੀ ਆਂਦੇ ਆ ਕਈ ਕੁਛ ਆਂਦੇ ਆ ਉਹਨਾਂ ਨੂੰ ਇਹ ਸਮਝ ਨਹੀਂ ਕਿ ਜਦੋਂ ਇਹ ਚੀਜ਼ਾਂ ਜਿਹੜੀ ਇੱਕ ਬੇਸਿਕ ਨੀਡ ਆ ਰੋਟੀ ਪਾਣੀ ਇਹ ਕਾਰਪੋਰੇਟ ਦੇ ਹੱਥ ਲੱਗ ਗਈ ਨਾ ਉਹਨਾਂ ਨੇ ਤੁਹਾਡਾ ਕਰਨਾ ਕੀ ਆ ਨਾਰਥ ਅਮਰੀਕਾ ਦੇ ਵਿੱਚ ਦਵਾਈਆਂ ਮੈਡੀਸਿਨ ਨਾਰਥ ਅਮਰੀਕਾ ਦੇ ਵਿੱਚ ਕਾਰਪੋਰੇਟ ਦੇ ਹੱਥ ਆ ਸੋ ਤੁਹਾਨੂੰ ਉਹਦੀ ਇੰਸ਼ੋਰੈਂਸ ਹੀ ਬਾਇ ਕਰਣੀ ਪੈਂਦੀ ਆ ਕਈ ਮੈਂ ਇਹੋ ਜਿਹੀਆਂ ਮੈਡੀਸਿਨਸ ਹੈਗੀਆਂ ਉਸੇ ਮੈਡੀਸਿਨ ਦੀ ਯੂਐਸ ਦੇ ਵਿੱਚ ਕੀਮਤ ਹਜ਼ਾਰਾਂ ਡਾਲਰਸ ਨੇ ਹਜ਼ਾਰਾਂ ਸਿੰਗਲ ਹਜ਼ਾਰ ਨਹੀਂ ਹਜ਼ਾਰਾਂ ਤੇ ਜਿਹੜੀਆਂ ਕੰਟਰੀਆਂ ਦੇ ਵਿੱਚ ਇਹ ਸਰਕਾਰਾਂ ਹੱਥ ਆ ਨਾ ਇਹ ਚਲੋ ਇੱਥੇ ਕੈਨੇਡਾ ਦੇ ਵਿੱਚ ਤੇ ਮੈਡੀਕਲ ਦਾ ਬੜਾ ਐਸਾ ਮਾੜਾ ਹਾਲ ਹੋਇਆ ਪਿਆ ਆਪਾਂ ਯੂਰਪ ਦੀਆਂ ਚੰਗੀਆਂ ਕੰਟਰੀਆਂ ਦੀ ਐਗਜ਼ਾਮਪਲ ਲੈ ਲੀਨੇ ਆ ਕਿ ਉੱਥੇ ਉਹੋ ਹੀ ਮੈਡੀਸਿਨ 1 ਯੂਰੋ 2 ਯੂਰੋ 5 ਯੂਰੋ ਦੀ ਅਵੇਲੇਬਲ ਆ ਤੇ ਕਿਸੇ ਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਮੇਰਾ ਕੰਮ ਛੁੱਟ ਗਿਆ ਮੈਨੂੰ ਦਵਾਈ ਮਿਲਨੀ ਕਿ ਨਹੀਂ ਮਿਲਨੀ ਸੋ ਜਿਹੜਾ ਇੱਕ ਵਪਾਰੀ ਆ ਨਾ ਉਹ ਹਰ ਇੱਕ ਚੀਜ਼ ਦਾ ਵਪਾਰੀਕਰਨ ਕਰ ਦਿੰਦਾ ਜੋ ਆਲਿਆਂ ਨੇ ਕਿਸੇ ਟਾਈਮ ਤੁਹਾਨੂੰ ਡਾਟਾ ਫ੍ਰੀ ਦੇ ਕੇ ਅੱਜ ਤੁਸੀਂ ਆਪਾਂ ਨੂੰ ਪਾਉਣਾ ਹੀ ਪੈਂਦਾ ਵਾ ਉਹ ਅੱਜ ਡਾਟਾ ਤੇ ਇੰਨਾ ਮਜਬੂਰੀ ਬਣ ਚੁੱਕੀ ਆ ਜਿੰਨੇ ਦਾ ਮਰਜ਼ੀ ਚਾਹਣ ਉਹਨੇ ਦਾ ਆਪਾਂ ਨੂੰ ਬਾਏ ਕਰਨਾ ਪੈਣਾ ਤੇ ਜੇ ਰੋਟੀ ਪਾਣੀ ਵੀ ਸਾਡਾ ਉਹਨਾਂ ਦੇ ਹੱਥੀ ਚ ਲੱਗ ਗਿਆ ਨਾ ਕੋਈ ਚੀਜ਼ਾਂ ਨਹੀਂ ਹੋਣੀ ਚਾਹੀਦਾ ਸਾਰੀਆਂ ਚੀਜ਼ਾਂ ਦਾ ਵਪਾਰੀਕਰਨ ਨਹੀਂ ਹੋਣਾ ਚਾਹੀਦਾ ਵਪਾਰੀ ਦਾ ਮਕਸਦ ਇਹ ਨਹੀਂ ਹੁੰਦਾ ਕਿ ਮੈਂ ਲੋਕਾਂ ਬਾਰੇ ਸੋਚਣਾ ਵਪਾਰੀ ਦਾ ਮਕਸਦ ਇਹ ਹੁੰਦਾ ਕਿ ਮੈਂ ਆਪਣਾ ਮੁਨਾਫਾ ਕਿੱਦਾਂ ਵਧਾਉਣਾ ਵੱਧ ਤੋਂ ਵੱਧ ਮੈਂ ਆਪਣੀ ਕੰਪਨੀ ਦਾ ਹੋਰ ਰੈਵਨਿਊ ਕਿੱਦਾਂ ਕਰਨਾ ਹੋਰ ਪ੍ਰੋਫਿਟ ਕਿੱਦਾਂ ਕਰਨਾ ਤਾਂ ਜੋ ਮੇਰੇ ਉੱਪਰ ਜਾ ਸਕਣ ਲੋਕੀ ਵੱਧ ਉਸ ਤੇ ਇਨਵੈਸਟ ਕਰਨ ਕਿ ਇਹੜੀ ਕੰਪਨੀ ਦਾ ਮੁਨਾਫਾ ਬਹੁਤ ਆ ਤੇ ਮੇਰੇ ਕੋ ਜਿੰਨੀ ਸ਼ੇਅਰ ਹੋਲਡਿੰਗ ਆ ਮੈਂ ਉਹਦੀ ਵੈਲਿਊ ਵੱਧ ਕੇ ਮੈਂ ਬਿਲੀਅਨਅਰ ਬਣ ਜਾ ਸੋ ਇਹ ਚੀਜ਼ ਆ ਸਮਝਣ ਦੀ ਲੋੜ ਆ ਸ਼ਦਾਈਓ ਆ ਜਿਹੜੇ ਮੈਨੂੰ ਵੀ ਵੇਖਣ ਵਾਲੇ ਕਈ ਬਹੁਤ ਹਿੰਦੀ ਬੈਲਟ ਤੋਂ ਆ ਸੋ ਉਹ ਕੁਝ ਗਲਤ ਨਹੀਂ ਮੰਗ ਰਿਹਾ ਹੁਣ ਦੁਬਾਰਾ ਉਹਨਾਂ ਨੂੰ ਜੋ ਪ੍ਰੋਮਿਸ ਕੀਤਾ ਗਿਆ ਸੀ ਉਹ ਡਿਲੀਵਰ ਨਹੀਂ ਕੀਤਾ ਗਿਆ ਹੁਣ ਦੇਖੋ ਨਾ ਆਪਾਂ ਤੁਸੀਂ ਕਹਿੰਨੇ ਆ ਵੀ ਮੋਦੀ ਜੀ ਨੇ ਰਾਮ ਮੰਦਰ ਦਾ ਵਾਅਦਾ ਕੀਤਾ ਸੀ ਉਹਨਾਂ ਨੇ ਰਾਮ ਮੰਦਰ ਬਣਾ ਦਿਆ ਵਾਅਦਾ ਤੇ ਵੀ ਕੀਤਾ ਸੀ ਅਸੀਂ ਤੁਹਾਨੂੰ ਐਮਐਸਪੀ ਦਵਾਂਗੇ ਅਸੀਂ ਸਾਰੇ ਵਾਅਦੇ ਚੀਜ਼ਾਂ ਮੰਨ ਕੇ ਬਾਅਦ ਦੇ ਵਿੱਚ ਉਹ ਇੰਪਲੀਮੈਂਟ ਨਹੀਂ ਹੋਈਆਂ ਤੇ ਉਹਨਾਂ ਨੂੰ ਫੇਰ ਦੁਬਾਰਾ ਸੜਕਾਂ ਦੇ ਉੱਤੇ ਆਉਣਾ ਪਿਆ ਤੇ ਇਹ ਹਾਲ ਸਿਰਫ ਤੇ ਸਿਰਫ ਇੰਡੀਆ ਦੇ ਵਿੱਚ ਨਹੀਂ ਫੇਰ ਤੇ ਤੁਸੀਂ ਉਹਨਾਂ ਮੁਲਕਾਂ ਦੇ ਵਿੱਚ ਨਾ ਜਾਓ ਜਿੱਥੇ ਪ੍ਰੋਟੈਸਟ ਚੱਲ ਰਹੇ ਨੇ ਫਰਾਂਸ ਚੱਲ ਰਿਹਾ ਜਰਮਨੀ ਸਪੇਨ ਸਭ ਬੰਨੇ ਕਿਸਾਨ ਸੜਕਾਂ ਤੇ ਆ ਤੇ ਉਹਨਾਂ ਨੂੰ ਲੱਗਦਾ ਕਿ ਹੁਣ ਜਿਹੜੀ ਸੱਟ ਆ ਉਹ ਕਿਸਾਨੀ ਦਾ ਕਾ ਚੁੱਕੀ ਆ ਤੇ ਫੂਡ ਨਹੀਂ ਯਾਰ ਆਪਾਂ ਇੱਥੇ ਦੇਖਦੇ ਹਾਂ ਹੁਣ ਇੱਥੇ ਕੈਨੇਡਾ ਦੇ ਵਿੱਚ ਪਿੱਛੇ ਜੀ ਗੋਭੀ ਦਾ ਇੱਕ ਇੱਕ ਫੁੱਲ 12-12 ਡਾਲਰ ਦਾ ਪਹੁੰਚ ਗਿਆ ਸੀ ਕਈ ਮੁਲਕਾਂ ਦੇ ਵਿੱਚ ਇੱਕ ਨਿੰਬੂ ਇੱਕ ਇੱਕ ਡਾਲਰ ਦਾ ਆਉਂਦਾ ਵਾ ਤੇ ਉਹ ਸੋ ਖਾਣ ਪੀਣ ਨਹੀਂ ਬਾਕੀ ਹਰ ਇੱਕ ਚੀਜ਼ ਬਿਨਾਂ ਸਰਜੂ ਕੱਪੜੇ ਮਹਿੰਗੇ ਹੋ ਜਾਣਗੇ ਉਸ ਤੋਂ ਬਗੈਰ ਵੀ ਸਰਜੂ ਆਪਾਂ ਘਰੇ ਕੁਝ ਨਾ ਕੁਝ ਸਾਦੇ ਲੈ ਆਵਾਂਗੇ ਆਪਾਂ ਕੁਝ ਵੀ ਕਰ ਲਾਂਗੇ ਵਾਲ ਕਟਾਉਣੇ ਆਪਣੀ ਕੇਅਰ ਸਾਬਣ ਮਹਿੰਗਾ ਹੋ ਜੂ ਕੋਈ ਚੱਕਰ ਨਹੀਂ ਪਰ ਰੋਟੀ ਪਾਣੀ ਤੋਂ ਬਗੈਰ ਨਹੀਂ ਜੇ ਸਰਨਾ ਕਦੀ ਵੀ ਸੋ ਇੱਦੀ ਹੇਟ ਰੈਡ ਨਾ ਮਨਾਂ ਦੇ ਵਿੱਚ ਰੱਖਿਆ ਕਰੋ ਇਹ ਨਹੀਂ ਨਫ਼ਰਤ ਨਾ ਰੱਖਿਆ ਕਰੋ ਤੇ ਆਪਾਂ ਦੇ ਭਾਈ ਉਹਨਾਂ ਨੂੰ ਸਪੋਰਟ ਕਰਦੇ ਆਂ ਤੇ ਨਿਕਲ ਜੀ ਇੱਥੋਂ ਹੁਣ ਚੱਲੀਏ ਅਗਲੇ ਹੁਣ ਜਿਹੜਾ ਸਟਾਪ ਆ ਉਹ ਇੱਕ ਰਸਤੇ ਦੇ ਵਿੱਚ ਇੱਕ ਥਾਂ ਸੋਚੀ ਆ ਮਕੋਕਾ ਉਹ ਵੀ ਇੱਕ ਵੀਰ ਨੇ ਦੱਸੀ ਸੀ ਜੇ ਤੇ ਨੇਰਾ ਨਾ ਹੋਇਆ ਉੱਥੇ ਕੋਚਰ ਵਿਜ਼ਿਟ ਕਰ ਲਾਂਗੇ ਘੰਟਾ ਕਿਤੇ ਜੇ ਨੇਰਾ ਹੁੰਦਾ ਹੋਇਆ ਫਿਰ ਆਪਾਂ ਸਿੱਧੇ ਬ੍ਰੈਮਟਨ ਹੀ ਤੇ ਉਹ ਈ ਚੀਜ਼ ਨੂੰ ਆਪਾਂ ਵਾਪਸੀ ਤੇ ਡਿਸਕਵਰ ਕਰਾਂਗੇ ਜੀ ਆਈ ਹੋਪ ਤੁਹਾਨੂੰ ਸਾਰੇ ਸ਼ਾਰਟ ਵਧੀਆ ਲੱਗੇ ਹੁਣ ਧੁੱਪ ਬਹੁਤ ਸੋਹਣੀ ਨਿਕਲ ਆਈ ਐ ਸੋ ਜਿਹੜੇ ਅੱਗੇ ਹੱਥ ਖੁੱਲੇ ਦੇ ਵਿੱਚ ਠਰਦੇ ਸੀ ਉਹ ਠਰਨੋਂ ਹਟ ਗਏ ਤੇ ਪਤਾ ਨਹੀਂ ਹੁਣ ਅੰਦਰ ਰੁੱਖਾਂ ਦੇ ਵਿੱਚ ਜਾਵਾਂਗੇ ਸ਼ਾਇਦ ਸ਼ਾਂਤ ਹੀ ਹੋਵੇ ਹਿੰਦੀ ਨੂੰ ਮੈਂ ਪ੍ਰੋਮਿਸ ਕਰਕੇ ਆਇਆ ਸੀ ਡੇਢ ਦੋ ਘੰਟੇ ਦਾ ਤੇ ਮੈਂ ਹੋ ਚੁੱਕਾ ਲੇਟ ਹੁਣ ਮੈਂ ਬਸ ਕਾਫੀ ਫਾਸਟ ਹੀ ਜਾਣਾ ਗੱਡੀ ਵੱਲੋਂ ਤੇ ਆਪਾਂ ਹੁਣ ਰੋਡ ਤੇ ਹੀ ਮਿਲਦੇ ਆ ਤੇ ਜਿੱਦਾਂ ਮੈਂ ਪ੍ਰੋਮਿਸ ਕੀਤੀ ਸੀ ਕਿ ਮੈਂ ਆਪਣਾ ਕੰਟੈਂਟ ਹੌਲੀ-ਹੌਲੀ ਇਹਨੂੰ ਹੋਰ-ਹੋਰ ਹੋਰ ਨਿਖਾਰੀ ਜਾਵਾਂਗਾ ਤੇ ਉਹਦੇ ਲਈ ਮੈਂ ਮਿਹਨਤ ਵੀ ਕਰਦਾ ਮੈਂ ਤੇ ਤੁਹਾਨੂੰ ਆਈ ਹੋਪ ਤੁਹਾਨੂੰ ਮੇਹਨਤ ਨਜ਼ਰ ਵੀ ਆਉਂਦੀ ਆ ਮਿਲਦੇ ਆ ਜੀ ਰੋਡ ਤੇ ਇੱਕ ਗੱਲ ਸੱਚ ਹੋਰ ਮੈਨੂੰ ਲੱਗਿਆ ਦੀ ਮੈਂ ਵੱਖਰੀ ਹੀ ਵੀਡੀਓ ਕਰਦਾਂ ਕਿ ਇਹ ਜਿਹੜੀ ਹਾਈਕ ਮੇਰੀ ਸੋ ਫਾਰ ਸਭ ਤੋਂ ਸੌਖੀ ਪਲਾਸ ਵੀ ਇਹੋ ਜਿਹੇ ਵਿਊਜ਼ ਲਈ ਇੰਨੇ ਸੋਹਣੇ ਵਿਊਜ਼ ਲਈ ਕੀਤੀ ਸਭ ਤੋਂ ਸੌਖੀਆਂ ਤੇ ਛੋਟੀਆਂ ਹਾਈਕਸ ਦੇ ਵਿੱਚੋਂ ਇੱਕ ਆ ਤੇ ਇਹਦੇ ਮੈਂ ਲਿੰਕ ਕਾਰ ਪਾਰਕ ਦਾ ਤੇ ਟ੍ਰੇਲ ਦਾ ਜਿਹੜਾ ਲਿੰਕ ਆ ਉਹ ਮੈਂ ਮੈਂਸ਼ਨ ਕਰ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਤੁਸੀਂ ਜਿਆਦਾ ਧਿਆਨ ਰੱਖਣਾ ਵੈਦਰ ਦਾ ਧਿਆਨ ਰੱਖਣਾ ਤੇ ਇੱਕ ਉਥੇ ਯਾਰ ਉਹ ਜਿਹੜੀ ਕਲੇਫਾ ਉਤੋਂ ਥੱਲੇ ਥੱਲੇ ਵੇਖਣ ਦੀ ਕੋਸ਼ਿਸ਼ ਪਲੀਜ਼ ਨਾ ਕਰਨਾ ਆਲਰੇਡੀ ਆਪਾਂ ਦੇਖ ਕੇ ਆ ਚੁੱਕੇ ਹਾਂ ਇਧਰ ਉਹ ਚਲੋ ਜੋ ਵੀ ਆ ਉਹ ਜਿੱਦਾਂ ਵੀਰ ਦੀ ਮੌਤ ਹੋਈ ਪਰ ਵੀ ਉਥੇ ਜਾ ਕੇ ਪੈਰ ਲਮਕਾ ਕੇ ਥੱਲੇ ਬੈਠਣਾ ਇਹੋ ਜਿਹਾ ਕੰਮ ਨਾ ਕਰਨਾ ਸਿਰਫ ਦੂਰੋਂ ਦੂਰੋਂ ਝਾਕਾ ਦੇਖਣਾ ਉਹ ਡਰੋਨ ਡਰਨ ਲੈ ਆਉਣਾ ਆਪਣਾ ਸਾਈਡ ਤੋਂ ਰਿਕਾਰਡ ਕਰਨ ਵਾਸਤੇ ਪਰ ਕੋਈ ਐਕਸਟ੍ਰੀਮ ਉਹ ਜੀ ਚੀਜ਼ ਨਾ ਕਰਨਾ ਇਹ ਸੌਖੀ ਜ਼ਰੂਰ ਹੈ ਪਰ ਉਹ ਜਿਹੜੀ ਕਲਿਫਾ ਉਹ ਡੇਂਜਰਸ ਆ ਹਨ ਉਥੋਂ ਇਹੋ ਜਿਹਾ ਪੰਗੇ ਨਾ ਲੈਣਾ ਤਾਂ ਨਾਮ ਇਹਦਾ ਹੈਗਾ ਜੀ ਡੈਵਲਸ ਰੌਕ ਡੈਵਲਸ ਰੌਕ ਟ੍ਰੇਲ ਬਹੁਤ ਛੋਟੀ ਜੀ ਟ੍ਰੇਲ ਆ ਉਧਰ ਨੂੰ ਟੋਟਰੀ ਹੈਗੀ ਹੈ 5.5 ਕਿਲੋਮੀਟਰ ਦੀ ਪਰ ਜੇ ਤੁਸੀਂ ਸਿਰਫ ਉਹ ਕਲਿਫ ਤੱਕ ਹੀ ਜਾਣਾ ਮੈਨੂੰ ਲੱਗਦਾ 3-4 ਕਿਲੋਮੀਟਰ ਦੇ ਵਿੱਚ ਹੀ ਕੰਮ ਨਿਬੜ ਜਾਂਦਾ ਵਾ ਤੇ ਐਲਿਵੇਸ਼ਨ ਵੀ ਇੰਨੀ ਜ਼ਿਆਦੀ ਨਹੀਂ ਹੈਗੀ ਸੋ ਸਿਰਫ ਸਿਰਫ ਵੈਦਰ ਦਾ ਧਿਆਨ ਰੱਖਿਓ ਮੇਰੇ ਕਰਕੇ ਮੈਂ ਦੌੜਦਾ ਆਇਆ ਉੱਥੋਂ ਵੀ ਉਹ ਕਿਹਾ ਸੀ ਕਿ ਸਮਾਨ ਚੱਕ ਕੇ ਪਿੱਛੇ ਰੱਖ ਦੇ ਤਰਾਂਗੇ ਭਾਈ ਹੁਣ ਲੰਮੇ ਹੀ ਪੈ ਰੱਖ ਵਾਪਸ ਆਣ ਕੇ ਮੈਨੂੰ ਇੰਦੀ ਲਈ ਬਹੁਤ ਫੀਲ ਹੋਇਆ ਕਿਉਂਕਿ ਬੜੀ ਸੌਖੀ ਜਿਹੀ ਹਾਈਕ ਸੀ ਪਰ ਇੰਦੀ ਇਹ ਵੀ ਨਹੀਂ ਕਰ ਸਕਦਾ ਕਿਉਂਕਿ ਡਾਕਟਰ ਨੇ ਉਹਨੂੰ ਮਨਾ ਕੀਤਾ ਵਾ ਹਾਂ ਕਈ ਬੰਦੇ ਬਹੁਤ ਜ਼ਿਆਦੀ ਡੈਡੀਕੇਸ਼ਨ ਦੇ ਨਾਲ ਆਪਣੀਆਂ ਇਹੋ ਜਿਹੀਆਂ ਬਿਮਾਰੀਆਂ ਨੂੰ ਓਵਰਕਮ ਵੀ ਕਰ ਲੈਂਦੇ ਆ ਪਰ ਉਹ ਬਹੁਤ ਬਹੁਤ ਘੱਟ ਲੋਕ ਹੁੰਦੇ ਆ ਤੇ ਹਾਂ ਮੇਰੇ ਵਰਗੇ ਬਹੁਤ ਸਾਰੇ ਬਲੌਗਰਸ ਦੁਨੀਆ ਨੂੰ ਇਹ ਗਿਆਨ ਦਿੰਦੇ ਆ ਕਿ ਘੁੰਮਿਆ ਕਰੋ ਸਾਡੇ ਵਰਗਿਆਂ ਦਾ ਤਾਂ ਕੰਮ ਹੋ ਜਾਂਦਾ ਸਾਨੂੰ ਤੇ ਜਿਹੜੇ ਕੰਮ ਤੋਂ ਪੈਸੇ ਆਉਂਦੇ ਆ ਸੋ ਅਸੀਂ ਇਸ ਲਈ ਆਪਣੀ ਇਹੜੀ ਐਕਟੀਵਿਟੀ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਆ ਤੇ ਅਸੀਂ ਇਹੜੀ ਐਕਟੀਵਿਟੀ ਨੂੰ ਪ੍ਰਮੋਟ ਵੀ ਕਰਦੇ ਹੁੰਨੇ ਆ ਕਿਉਂਕਿ ਜਿੰਨੇ ਵੱਧ ਲੋਕ ਇਹੜੇ ਕੰਮ ਦੇ ਵਿੱਚ ਇੰਟਰਸਟਿਡ ਹੋਣਗੇ ਤੇ ਸਾਡੇ ਵਰਗਿਆਂ ਦੇ ਵਿਊ ਵੱਧ ਜਾਣਗੇ ਪਰ ਹਾਂ ਇਹ ਸੱਚੀ ਗੱਲ ਆ ਕਿ ਟਰੈਵਲ ਤੁਹਾਨੂੰ ਬਹੁਤ ਕੁਝ ਦਿੰਦਾ ਵਾ ਤੁਸੀਂ ਐਕਸਪੀਰੀਅੰਸ ਗੇਨ ਕਰਦੇ ਆ ਦੁਨੀਆ ਵੇਖੀ ਜਾਪਦੀ ਆ ਤੇ ਦੁਨੀਆ ਤੋਂ ਜਾਣ ਦਾ ਡਰ ਘਟ ਜਾਂਦਾ ਵਾ ਹਰ ਇੱਕ ਦੇ ਵੱਖ-ਵੱਖਰੇ ਸਰਕਮਸਟੈਂਸਸ ਨੇ ਤੇ ਹਰ ਇੱਕ ਗੱਲ ਹਰ ਇੱਕ ਤੇ ਨੇ ਟੁੱਕ ਸਕਦੀ ਪਰ ਮੈਂ ਕਹੂੰਗਾ ਕਿ अर्ਲੀ ਟਰੈਵਲ ਆਪਣੇ ਲਾਈਫਸਟਾਈਲ ਦੇ ਵਿੱਚ ਐਡ ਜ਼ਰੂਰ ਕਰੋ ਬਿਫੋਰ ਇਟਸ ਟੂ ਲੇਟ ਲਾਈਕ ਇਨ ਦੀ ਗੋਰਿਆਂ ਦੀ ਇੱਕ ਕਹਾਵਤ ਵੀ ਆ ਵੈਸੇ ਟਰੈਵਲ ਫਾਰ ਵੈਨ ਯੂ ਆਰ ਯੰਗ ਕਿਉਂਕਿ ਬਾਅਦ ਚ ਨਹੀਂ ਲੰਮੇ ਸਫਰ ਹੁੰਦੇ ਇੱਕ ਹੋਰ ਬਹੁਤ ਸੋਹਣੀ ਕਹਾਵਤ ਹੈ ट्रैवलिंग ਨੂੰ ਲੈ ਕੇ ट्रैवल ਇਜ਼ ਦਾ ਓਨਲੀ ਥਿੰਗ ਯੂ ਬਾਈ 댓 ਮੇਕਸ ਯੂ ਰਿਚਰ ਹੁਣ ਆਪਾਂ ਜਾ ਰਹੇ ਹਾਂ ਟੋਰਾਂਟੋ ਬ੍ਰੈਮਟਨ ਵੱਲ ਨੂੰ ਇੱਕ ਗੱਲ ਸੱਚ ਹੈ ਜਿੰਨਾ ਚਿਰ ਕੁਝ ਕੋਲ ਹੋਵੇ ਅਸੀਂ ਉਹਦੇ ਔਗਣ ਤੇ ਫੋਕਸ ਜ਼ਿਆਦਾ ਕਰ ਲੈਨੇ ਆ ਪਹਿਲਾਂ ਸਾਰੇ ਸਫਰ ਦੇ ਵਿੱਚ ਰੋਡ ਬਹੁਤ ਵਧੀਆ ਨਹੀਂ ਸੀ ਤੇ ਸਪੀਡ ਮੈਕਸ 90 ਕੋ ਹੀ ਸੀ ਬਟ ਹੁਣ ਜਦੋਂ ਹਾਈਵੇ ਆਇਆ ਸਪੀਡ ਤਾਂ ਆ ਗਈ ਪਰ ਵਿਊ ਜਾਂਦੇ ਰਹਿ ਮੈਂ ਵੀ ਕੋਸ਼ਿਸ਼ ਕਰੂੰਗਾ ਇਹ ਗੱਲਾਂ ਨੂੰ ਪੱਲੇ ਬੰਨਣ ਦੀ ਤੇ ਤੁਸੀਂ ਵੀ ਕਰਿਓ ਮਿਲਦੇ ਆ ਨੈਕਸਟ ਬ੍ਰੈਮਟਨ ਵਾਲੀ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਵਾਲਾ ਕੰਮ ਕਰ ਦੇਣਾ ਪੈਟ੍ਰਿਓਨ ਤੇ ਹੋਰ ਲਿੰਕਸ ਜਿਹੜੇ ਮੈਂ ਕਹੇ ਸੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਨੇ ਜਿਉਂਦੇ ਵੱਸਦੇ ਰਹੋ ਖੁਸ਼ ਰਹੋ